प्यारे विद्यार्थियों मैं सीनियर टीचर पंजाबी त्रिलोचन सिंह ਤੁਹਾਡੇ ਨਾਲ 10ਵੀਂ ਦੀ ਪਾਠ ਪੁਸਤਕ ਸਾਹਿਦ ਸੁਗੰਧੀਆਂ ਦਾ ਭਾਗ ਪਹਿਲਾ ਕਵਿਤਾ ਸ਼ੁਰੂ ਕਰ ਚੁੱਕਾ ਪਿਛਲੇ ਭਾਗ ਵਿੱਚ ਆਪਾਂ ਸ਼ੇਖ ਫਰੀ ਜੀ ਦਾ ਸ਼ਲੋਕ ਜਿੱਤ ਦਿਹਾੜੇ ਧੰਨਵਰੀ ਉਹ ਪੜ ਚੁੱਕੇ ਆ ਉਹਦੇ ਬਾਰੇ ਮੈਨੂੰ ਉਮੀਦ ਆ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਸ਼ੇਖ ਫਰੀ ਜੀ ਦੀ ਖਾਸੀਅਤ ਇਹ ਹੈ ਉਹਨਾਂ ਦੀ ਬਾਣੀ ਦੀ ਉਹਨਾਂ ਦੀ ਬੋਲੀ ਦੀ ਖਾਸੀਅਤ ਹੈ ਕਿ ਬਹੁਤ ਹੀ ਮਿੱਠਾ ਉਹ ਬੋਲਦੇ ਨੇ ਬੜੇ ਸਰਲ ਸ਼ਬਦਾਂ ਦੇ ਵਿੱਚ ਆਮ ਬੋਲਚਾਲ ਦੇ ਸ਼ਬਦਾਂ ਵਿੱਚ ਆਮ ਬੰਦੇ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਗੱਲਾਂ ਕਰਦੇ ਹੋਏ ਉਹ ਡੁੱਗੀਆਂ ਸੂਫੀ ਜਿੰਦਿਆਂ ਰਮਝਾਂ ਅਧਿਆਤਮ ਦਾ ਗਹਿਰਾ ਗਿਆਨ ਮਨੁੱਖ ਨੂੰ ਦਿੰਦੇ ਨੇ ਬੱਚਿਓ ਸਾਹਿਤ ਔਰ ਸਾਹਿਦ ਦੇ ਵਿੱਚ ਕਵਿਤਾ ਕਵਿਤਾ ਦਾ ਵਿੱਚ ਰਸ ਹੁੰਦਾ ਜਦੋਂ ਚ ਕਵਿਤਾ ਦਾ ਰਸ ਦਾ ਸਵਾਦ ਨਾ ਆਵੇ ਉਹਨਾਂ ਚ ਕਵਿਤਾ ਪੜਨ ਦਾ ਕੋਈ ਮਜ਼ਾ ਨਹੀਂ ਹੁੰਦਾ ਤੁਸੀਂ ਬਿਲਕੁਲ ਮੈਨੂੰ ਉਮੀਦ ਆ ਕਿ ਤੁਸੀਂ ਪੂਰਾ ਮਜ਼ਾ ਵੀ ਲਓਗੇ ਤੁਹਾਨੂੰ ਸਵਾਦ ਵੀ ਆਊਗਾ ਔਰ ਤੁਸੀਂ ਇਸ ਕਵਿਤਾ ਨੂੰ ਇਹਨਾਂ ਦੇ ਸ਼ਲੋਕਾਂ ਨੂੰ ਸਮਝੋਗੇ ਵੀ ਅੱਜ ਆਪਾਂ ਇਹਨਾਂ ਦੇ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਸ਼ਕਰਗੰਝ ਨਾਮ ਦੀ ਉਪਾਧੀ ਦਿੱਤੀ ਆ ਕਿਉਂ ਦਿੱਤੀ ਆ ਕਿਉਂਕਿ ਇਹਨਾਂ ਦੀ ਬੋਲੀ ਸ਼ੱਕਰ ਵਰਗੀ ਮਿੱਠੀ ਹੈ ਆਪਾਂ ਉਹਨਾਂ ਦੇ ਸ਼ਲੋਕਾਂ ਦਾ ਅਧਿਐਨ ਸ਼ੁਰੂ ਕਰਨ ਲੱਗਿਆ ਪਹਿਲਾ ਸ਼ਲੋਕ ਹੈ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੈ ਘੁਮ ਆਪਨੜੇ ਕਰ ਜਾਈਏ ਪੈਰ ਤਿਨਾਂ ਦੇ ਚੋ ਦੁਆਰਾ ਮੈਂ ਕੁਰੀਫਰਸ ਲੋਕ ਪੜ੍ਹਾਂਗਾ ਤੁਸੀਂ ਧਿਆਨ ਨਾਲ ਦਿਓ ਜਿੱਥੇ-ਜਿੱਥੇ ਜਿਹੜੇ ਮੈਂ ਉਚਾਰਨ ਕਰਦਾ ਉਸ ਸ਼ਬਦ ਦੇ ਉੱਤੇ ਤੁਸੀਂ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰੋ ਫਰੀਦਾ ਜੋ ਤੈ ਮਰਨ ਮੁਕੀਆਂ ਤੇ ਨਾ ਨ ਮਾਰੇ ਘੰਮ ਆਪਨ ਰੇ ਕਰ ਜਾਈਏ ਪੈਰ ਤੇ ਨਾ ਦੇ ਚਮ ਹੁਣ ਆਪਾਂ ਇਹਦੇ ਅਰਥ ਦੇਖਾਂਗੇ ਪਹਿਲਾਂ ਸ਼ਬਦਾਂ ਦੇ ਫਿਰ ਇਹਦੇ ਸ਼ਬਦ ਦੇ ਅਰਥ ਕਰਾਂਗੇ ਫਿਰ ਇਹਦਾ ਭਾਵ ਅਰਥ ਕਰਾਂਗੇ ਫਰੀਦਾ ਜੋ ਤੈ ਤੈ ਸ਼ਬਦ ਦਾ ਮਤਲਬ ਹੁੰਦਾ ਤੈਨੂੰ ਜਾਂ ਤੇਰੇ ਫਰੀਦਾ ਜਿਹੜੇ ਤੇਰੇ ਮਾਰਨ ਮੁਕੀਆਂ ਮਾਰਨ ਮੁਕੀਆਂ ਮੁੱਕੇ ਮਾਰਨਾ ਮੁੱਕੇ ਮਾਰਨਾ ਤੁਸੀਂ ਜਾਣਦੇ ਸਾਰੇ ਕੋਸਨ ਮਾਰਨਾ ਫਰੀਦ ਜੀ ਕਹਿ ਰਹੇ ਜਿਹੜੇ ਤੈਨੂੰ ਕੋਸਨ ਮਾਰਦੇ ਆ ਜਾਂ ਜਿਹੜੇ ਤੇਰੇ ਕੋਸਨ ਮਾਰਦੇ ਆ ਤਿੰਨਾ ਨਾ ਮਾਰੇ ਕਮ ਤਿੰਨਾ ਦਾ ਮਤਲਬ ਉਹਨਾਂ ਨੂੰ ਨਾ ਮਾਰ ਘੁੰਮ ਘੁੰਮ ਸ਼ਬਦ ਦਾ ਅਰਥ ਆ ਪਰਤ ਕੇ ਪਲਟ ਕੇ ਘੁੰਮ ਕੇ ਤਿਨਾ ਨਾ ਮਾਰੇ ਘੁੰਮ ਦਾ ਮਤਲਬ ਹੈ ਕਿ ਉਹਨਾਂ ਨੂੰ ਵਾਪਸ ਪਲਟ ਕੇ ਜਵਾਬ ਨਾ ਦੇ ਜੇ ਤੇਰੇ ਮੁੱਕੀ ਮਾਰਤੀ ਤਾਂ ਕੋਈ ਗੱਲ ਨਹੀਂ ਤੂੰ ਮੁੱਕੀ ਮਾਰਨ ਦੀ ਨਾ ਸੋਚ ਤੂੰ ਬਦਲਾ ਲੈਣ ਦੀ ਨਾ ਸੋਚ ਇਹਦੇ ਨਾਲ ਹੋਊਗਾ ਕੀ ਇਹਦੇ ਨਾਲ ਹੋਊਗਾ ਆਪਨ ਦੇ ਘਰ ਜਾਈਏ ਆਪਨ ਦੇ ਘਰ ਆਪਣੇ ਘਰ ਵਿੱਚ ਸਵੈ ਸਰੂਪ ਚ ਸ਼ਾਂਤ ਅਵਸਥਾ ਦੇ ਵਿੱਚ ਜਾਈਏ ਦਾ ਮਤਲਬ ਜਾਈਦਾ ਹੈ ਇਹਦੇ ਨਾਲ ਕੀ ਹੁੰਦਾ ਕਹਿੰਦੇ ਕਿ ਸ਼ਾਂਤ ਅਵਸਥਾ ਦੇ ਵਿੱਚ ਚਲੇ ਜਾਨਾ ਹੈ ਆਪਾਂ ਆਪਣੇ ਸਵੈ ਸਰੂਪ ਦੇ ਵਿੱਚ ਚਲੇ ਜਾਨੇ ਆ ਆਪਣੇ ਘਰ ਵਿੱਚ ਚਲੇ ਜਾਨੇ ਆ ਪੈਰ ਤਿਨਾ ਦੇ ਚੁੰਮ ਪੈਰ ਦਾ ਤਾਂ ਤੁਹਾਨੂੰ ਕੋਈ ਸ਼ਬਦ ਅਰਥ ਪਤਾ ਹੀ ਔਰ ਤਿਨਾ ਦਾ ਮੈਂ ਪਹਿਲਾਂ ਦੱਸ ਹੀ ਚੁੱਕਿਆ ਤਿਨਾ ਦਾ ਮਤਲਬ ਕੀ ਹੁੰਦਾ ਉਹਨਾਂ ਨੂੰ ਤੇਨਾਂ ਦਾ ਅਰਥ ਉਹਨਾਂ ਨੂੰ ਦੇ ਚੁੰਮ ਚੁੰਮ ਦਾ ਮਤਲਬ ਚੁੰਮ ਕੇ ਫਰੀਦ ਜੀ ਕਹ ਰਹੇ ਨੇ ਤੂੰ ਉਹਨਾਂ ਦੇ ਪੈਰ ਚੁੰਮ ਹੁਣ ਬੱਚਾ ਦੇਖੋ ਕਿੰਨੀ ਅਜੀਬ ਗੱਲ ਹੈ ਜਿਹੜਾ ਆਪਾਂ ਨੂੰ ਮਾਰੂਗਾ ਆਪਾਂ ਪਲਟ ਕੇ ਉਹਨੂੰ ਨਾ ਮਾਰਾਂਗੇ ਤੇ ਉਹਦੇ ਮਨ ਫਰੀਦ ਜੀ ਕਹਿੰਦੇ ਤੇਰੇ ਮਨ ਨੂੰ ਸ਼ਾਂਤੀ ਆ ਜਾਊਗੀ ਇਹ ਕਦੀ ਸੰਭਵ ਹੋ ਸਕਦਾ ਤੁਸੀਂ ਦੱਸੋ ਵੀ ਤੁਹਾਡੇ ਕੋਈ ਮਾਰੇ ਤੁਸੀਂ ਪਲਟ ਕੇ ਨਾ ਮਾਰੋ ਔਰ ਫਰੀਦ ਜੀ ਕਹਿ ਰਹੇ ਆ ਕਿ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਊਗੀ ਤੁਸੀਂ ਤਾਂ ਉਹਨਾਂ ਦੇ ਜਿਹੜੇ ਤੁਹਾਨੂੰ ਮਾਰਦੇ ਆ ਉਹਨਾਂ ਦੇ ਪੈਰ ਚੁੰਮੋ ਇਹ ਸ਼ਬਦ ਇਹ ਕਰਦੇ ਆ ਬੱਚੋ ਸੂਫੀਇਜ਼ਮ ਜਾਂ ਭਗਤੀ ਕਾਲ ਜਿਹੜੇ ਸੰਤ ਜਾਂ ਫਕੀਰ ਪੀਰ ਫਕੀਰ ਜਿਹੜੇ ਨੇ ਉਹ ਬਹੁਤ ਡੂੰਗੀ ਗੱਲ ਕਹਿੰਦੇ ਨੇ ਐਡੀ ਸਿੱਧੀ ਗੱਲ ਇਹ ਹੈ ਨਹੀਂ ਇਹਦੇ ਵਿੱਚ ਅਰਥ ਕੀ ਆ ਆਪਾਂ ਅਰਥ ਤੁਹਾਨੂੰ ਸਮਝਾਉਣੇ ਪਾਅ ਅਰਥ ਤੁਹਾਨੂੰ ਸਮਝਾਉਣੇ ਆ ਪਾਅ ਅਰਥ ਦੇ ਤੁਸੀਂ ਹੁਣ ਦੁਆਰਾ ਸਮਝੋ ਇਹਨੂੰ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁਮ ਆਪਨੜੇ ਕਰ ਜਾਈਏ ਪੈਰ ਤਨਾ ਦੇ ਚੁਮ ਫਰੀ ਜੀ ਕਹ ਰਹੇ ਨੇ ਜੋਤੈ ਮਾਰਨ ਮੁਕੀਆਂ ਜਿਹੜੇ ਤੈਨੂੰ ਬੁਰੇ ਕੰਮ ਕਰਨ ਤੋਂ ਵਰਜਦੇ ਨੇ ਰੋਕਦੇ ਨੇ ਮੁਕੀਆਂ ਮਾਰਨਾ ਭਾਵ ਤੇਰੀ ਆਤਮਾ ਤੇ ਚੋਟ ਮਾਰਦੇ ਨੇ ਕਿ ਤੂੰ ਗਲਤ ਕੰਮ ਨਾ ਕਰ ਤੈਨੂੰ ਗਲਤ ਪਾਸੇ ਜਾਣੋਂ ਰੋਕਦੇ ਨੇ ਜਿਹੜੇ ਬੰਦੇ ਜੋ ਤੈਨੂੰ ਚੰਗੇ ਪਾਸੇ ਲਾਉਨੇ ਆ ਤੇਰੇ ਜਦੋਂ ਤੂੰ ਗਲਤ ਚੱਲਦਾ ਤੇਰੀ ਆਤਮਾ ਨੂੰ ਕਚੋਟਦੇ ਨੇ ਤੇਰੀ ਆਤਮਾ ਤੇ ਚੋਟ ਕਰਦੇ ਨੇ ਤਿੰਨਾ ਨਮਾਰੇ ਕਮ ਤੂੰ ਕਿਤੇ ਗਲਤੀ ਨਾਲ ਵੀ ਇਹੋ ਜਿਹੇ ਸ਼ਾਸਤਰਾ ਨੂੰ ਇਹੋ ਜਿਹੇ ਧਰਮ ਗ੍ਰੰਥਾਂ ਨੂੰ ਇਹੋ ਜਿਹੇ ਪੀਰ ਫਕੀਰ ਸਾਧੂ ਸੰਤਾਂ ਨੂੰ ਜਿਹੜੇ ਤੈਨੂੰ ਪੁੱਠੇ ਪਾਸੇ ਜਾਣਾ ਰੋਕਦੇ ਨੇ ਗਲਤ ਕੰਮ ਕਰਨ ਤੋਂ ਵਰਜਦੇ ਨੇ ਤੂੰ ਉਹਨਾਂ ਨੂੰ ਘੁੰਮ ਕੇ ਨਾ ਮਾਰੀਂ ਭਾਵ ਤੂੰ ਉਹਨਾਂ ਦੀ ਅਭੇਲਨਾ ਨਾ ਕਰੀਂ ਤੂੰ ਉਹਨਾਂ ਦੇ ਆਖੇ ਲੱਗ ਤੇ ਇਹਦੇ ਨਾਲ ਹੋਊਗਾ ਕੀ ਜਦੋਂ ਤੈਨੂੰ ਗਲਤ ਪਾਸੇ ਜਾਣ ਤੋਂ ਰੋਕਦੇ ਨੇ ਆਪ ਪਰੜੇ ਕਰ ਜਾਈਏ ਤੇਰੇ ਮਨ ਨੂੰ ਸ਼ਾਂਤ ਅਵਸਥਾ ਦੇ ਵਿੱਚ ਆ ਜਾਊਗਾ ਪੈਰ ਤੇਨਾਂ ਦੇ ਚੋਂ ਤੂੰ ਤਾਂ ਉਹਨਾਂ ਦੇ ਪੈਰ ਚੋਂ ਜਿਨ੍ਹਾਂ ਨੇ ਤੈਨੂੰ ਗਲਤ ਪਾਸੇ ਜਾਣ ਤੋਂ ਰੋਕਿਆ ਇਹਦੇ ਪਾਵਾਰਥਾ ਦੇਖੋ ਬੱਚਾ ਤੁਸੀਂ ਸਮਝੇ ਕਿ ਸ਼ਬਦਿਕ ਅਰਥ ਤਾਂ ਇਹ ਆ ਜਿਵੇਂ ਗਾਂਧੀਵਾਦੀ ਜਾਂ ਸੰਸਾਤਮਕ ਵਿਵਸਥਾ ਦੇ ਵਿੱਚ ਕੋਈ ਸਾਨੂੰ ਕੋਈ ਇੱਕ ਗਲਤ ਤੇ ਥੱਪੜ ਮਾਰ ਦੇ ਤੇ ਦੂਜੀ ਗੱਲ ਅੱਗੇ ਕਰਦੀ ਹੈ ਨਹੀਂ ਇਹ ਗੱਲ ਨਹੀਂ ਕਹਿ ਰਹੇ ਫਰੀਦ ਜੀ ਫਰੀਦ ਜੀ ਕਹਿ ਰਹੇ ਨੇ ਜਿਹੜੇ ਤੈਨੂੰ ਗਲਤ ਪਾਸੇ ਜਾਣ ਤੋਂ ਰੋਕਦੇ ਨੇ ਤੈਨੂੰ ਗਲਤ ਕੰਮਾਂ ਕਰਨ ਤੋਂ ਵੱਧਦੇ ਨੇ ਤੇਰੇ ਮੁਖੀਆਂ ਮਾਰਦੇ ਨੇ ਤੇਰੇ ਮੁਖੀਆਂ ਐ ਨਹੀਂ ਮਾਰਦੇ ਕਿ ਸਰੀਰਕ ਗਰੁੱਪ ਚ ਮਾਰਦੇ ਨੇ ਤੈਨੂੰ ਆਤਮਿਕ ਰੂਪ ਦੇ ਵਿੱਚ ਤੈਨੂੰ ਚੋਟ ਪਚਾਉਂਦੇ ਨੇ ਉਹਨਾਂ ਨੂੰ ਘੂਮ ਕੇ ਨਾ ਮਾਰੀ ਭਾਵ ਉਹਨਾਂ ਦੀ ਅਭੇਲਣਾ ਨਾ ਕਰੀ ਉਹਨਾਂ ਨੂੰ ਅੱਖੋਂ ਲੈ ਨਾ ਕਰੀ ਉਹਨਾਂ ਦੀ ਗੱਲ ਸੁਣ ਆਪਨੇ ਕਰ ਜੇ ਇਹ ਤਨਾ ਹੋਊਗਾ ਕਿ ਤੇਰੇ ਮਨ ਨੂੰ ਸ਼ਾਂਤੀ ਆ ਜਾਊਗੀ ਤੂੰ ਸਵੈ ਸਰੂਪ ਚਲਾ ਜਾਏਗਾ ਆਪਣੇ ਘਰ ਵਿੱਚ ਚਲਾ ਜਾਏਗਾ ਔਰ ਇਹੋ ਜਿਹੜੇ ਜਿਹੜੇ ਤੈਨੂੰ ਵਰਜਦੇ ਹੈ ਗਲਤ ਕੰਮ ਕਰਦੇ ਤੇਰੇ ਮੁੱਕੀਆਂ ਮਾਰਦੇ ਉਹਨਾਂ ਦੇ ਪੈਰ ਚੁੰਮ ਭਾਵ ਉਹਨਾਂ ਦਾ ਸ਼ੁਕਰਗੁਜ਼ਾਰ ਹੋ ਚਲੋ ਹੁਣ ਆਪਾਂ ਅਗਲਾ ਸ਼ਲੋਕ ਦੇਖਦੇ ਆਂ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਾ ਦੂਰ ਦੇਖੋ ਬੜੇ ਮਜ਼ੇਦਾਰ ਗੱਲ ਕਿ ਆ ਜੀਵਨ ਦਾ ਸਾਰ ਜੀਵਨ ਦਾ ਤੱਤ ਉਹਨੇ ਦੋ ਲਾਈਨਾਂ ਚ ਖੋਲ ਕੇ ਰੱਖ ਦਿੱਤਾ ਮੈਂ ਉਹਦੇ ਅਰਥ ਕਰਦਾ ਸ਼ਬਦ ਦੇ ਅਰਥ ਦੇਖ ਫਰੀਦਾ ਜੋthia ਕੀ ਆ ਦਾ ਅਰਥ ਆ ਹੋ ਗਿਆ ਫਰੀਦੀ ਕਹਿੰਦੇ ਨੇ ਦੇਖ ਜੇ ਹੋ ਗਿਆ ਕੀ ਹੋ ਗਿਆ ਦਾੜੀ ਹੋਈ ਭੂਰ ਭੂਰ ਕੀ ਹੁੰਦਾ ਚਿੱਟੀ ਸਫੇਦ ਕਿ ਜੇ ਦਾੜੀ ਸਫੇਦ ਹੋ ਗਈ ਯਾਨੀ ਕਿ ਪੂਰੀ 70 ਦੇ ਕੀ ਅਰਥ ਆ ਪੂਰੀ ਪੰਕਤੀ ਦੇ ਕੀ ਆ ਸਿਆ ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਕਿ ਫਰੀਦਾ ਜੇ ਤੂੰ ਦੇਖ ਲੈ ਕਿ ਤੇਰੀ ਦਾੜ੍ਹੀ ਚਿੱਟੀ ਹੋ ਗਈ ਆ ਦਾੜ੍ਹੀ ਤੇਰੀ ਸਫੈਦ ਹੋ ਗਈ ਆ ਤੇ ਫਿਰ ਕੀ ਹੋ ਗਿਆ ਉਹਦਾ ਰਿਜ਼ਲਟ ਕੀ ਨਿਕਲਿਆ ਉਹਦਾ ਨਤੀਜਾ ਕੀ ਨਿਕਲਣਾ ਅੱਗਾ ਨੇੜੇ ਨੇੜਾ ਆਇਆ ਅੱਗਾ ਕੀ ਅਗਲੇ ਪਾਸੇ ਹੁਣ ਤੇਰਾ ਅਗਲਾ ਪਾਸਾ ਨੇੜੇ ਆ ਗਿਆ ਅਗਲਾ ਪਾਸਾ ਮੌਤ ਵਾਲਾ ਸਮਾਂ ਪਿੱਛਾ ਪਿੱਛਾ ਕੀਆ ਪਿੱਛਾ ਹੈ ਪਿਛਲਾ ਪਾਸਾ ਪਿਛਲਾ ਪਾਸਾ ਕੀਆ ਜਦੋਂ ਜੰਮਿਆ ਸੈਂ ਜਦੋਂ ਜੰਮਿਆ ਸੈਂ ਪਿੱਛਾ ਰਹਿਆ ਦੂਰ ਉਹ ਦੂਰ ਰਹਿ ਗਿਆ ਜਿਦਾਂ ਜਨਮ ਵਾਲਾ ਪਾਸਾ ਦੂਰ ਰਹਿ ਗਿਆ ਤੇਰਾ ਮੌਤ ਵਾਲਾ ਪਾਸਾ ਅਗਲਾ ਪਾਸਾ ਨੇੜੇ ਆ ਗਿਆ ਦੇਖੋ ਦਾੜੀ ਕਦੋਂ ਸਫੇਦ ਹੁੰਦੀ ਹੈ ਜਵਾਨ ਬੰਦੇ ਦੀ ਦਾੜੀ ਕਾਲੀ ਹੁੰਦੀ ਹੈ ਨਾ ਬੱਚਿਓ ਤੇ ਜਦੋਂ ਬੁੱਢਾ ਹੁੰਦਾ ਉਦੋਂ ਦਾੜੀ ਸਫੇਦ ਹੋ ਜਾਂਦੀ ਆ ਤੇ ਫਰੀਦ ਜੀ ਮਨੁੱਖ ਨੂੰ ਇਹ ਸਮਝਾਉਂਦੇ ਆ ਕਿ ਜਦੋਂ ਤੇਰੀ ਦਾੜੀ ਸਫੇਦ ਹੋ ਗਈ ਦਾੜੀ ਚਿੱਟੀ ਹੋ ਗਈ ਭਾਵ ਤੂੰ ਬੁੱਢਾ ਹੋ ਗਿਆ ਬੁਢਾਪਾ ਆ ਗਿਆ ਤੇ ਹੁਣ ਤੇਰੀ ਮੌਤ ਵਾਲਾ ਪਾਸਾ ਅਗਲਾ ਪਾਸਾ ਨੇੜੇ ਆ ਗਿਆ ਤੇਰਾ ਜਿਹੜਾ ਜਨਮ ਵਾਲਾ ਪਾਸਾ ਸੀ ਪਿਛਲਾ ਪਾਸਾ ਸੀ ਉਹ ਬਹੁਤ ਦੂਰ ਰਹਿ ਗਿਆ ਬਹੁਤ ਸਾਲ ਲੰਘ ਗਏ ਤੇ ਉਹਨਾਂ ਨੂੰ ਮਨੁੱਖ ਨੂੰ ਕੀ ਸਿੱਖਿਆ ਕੀ ਦਿੰਦੇ ਇਹਦੇ ਵਿੱਚ ਕਿ ਤੇਰੇ ਕੋਲ ਟਾਈਮ ਬਹੁਤ ਘਟ ਰਹਾ ਹੈਗਾ ਸਮਾਂ ਤੇਰੇ ਕੋਲ ਹੁਣ ਹੈ ਨਹੀਂ ਤੂੰ ਚੰਗੇ ਕੰਮ ਕਰ ਚੰਗੇ ਕਰਮ ਕਰਨ ਲਈ ਪੈਰ ਪੈਰ ਤੇ ਮਨੁੱਖ ਨੂੰ ਸਹਿਦ ਦਿੰਦੇ ਨੇ ਕਿ ਨਿਮਰਤਾ ਵਾਲਾ ਹਲੇਮੀ ਵਾਲਾ ਜੀਵਨ ਜੀ ਔਰ ਚੰਗੇ ਕੰਮ ਕਰ ਦੁਆਰਾ ਆਪਾਂ ਇਹਨੂੰ ਫਿਰ ਦੇਖਾਂਗੇ ਇਸ ਪੂਰੇ ਸ਼ਲੋਕ ਨੂੰ ਦੁਆਰਾ ਪੜਾਂਗੇ ਔਰ ਦੁਆਰਾ ਇਹਦੇ ਅਰਥ ਤੁਹਾਨੂੰ ਹੁਣ ਸਮਝ ਆਉਣਗੇ ਮੇਰੇ ਮੈਂ ਪੜੂੰਗਾ ਤੁਸੀਂ ਹੋ ਸਕਦਾ ਮੇਰੇ ਪਿੱਛੇ ਵੀ ਬੋਲੋ ਤੇ ਜਾਂ ਨਾ ਵੀ ਬੋਲੋ ਤਾਂ ਧਿਆਨ ਜ਼ਰੂਰ ਰੱਖੋ ਦੇਖੋ ਸ਼ਲੋਕ ਤੇ ਧਿਆਨ ਰੱਖੋ ਸ਼ਬਦਾਂ ਨੂੰ ਦੇਖੋ ਮੈਂ ਜੋ ਬੋਲ ਰਿਹਾ ਉਹਨੂੰ ਧਿਆਨ ਨਾਲ ਸੁਣੋ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਿਆ ਦੂਰ ਸਮਝ ਆ ਗਈ ਬੱਚੇ ਹੁਣ ਮੈਨੂੰ ਉਮੀਦ ਆ ਤੁਸੀਂ ਇਹਦੇ ਪੂਰੀ ਤਰ੍ਹਾਂ ਅਰਥ ਵੀ ਸਮਝ ਚੁੱਕੇ ਹੋਵੇਂ ਹੁਣ ਆਪਾਂ ਅਗਲੇ ਸ਼ਲੋਕ ਤੇ ਚੱਲਦੇ ਆਂ ਇੱਥੇ ਮਨੁੱਖ ਨੂੰ ਉਹ ਕਹਿੰਦੇ ਵੀ ਤੂੰ ਰੱਬ ਨੂੰ ਜੰਗਲਾਂ ਦੇ ਵਿੱਚ ਨਾ ਪਾਲ ਰੱਬ ਜੰਗਲਾਂ ਦੇ ਵਿੱਚ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਸੁੰਸਨ ਜਗ੍ਹਾ ਤੇ ਨਹੀਂਗਾ ਰੱਬ ਤਾਂ ਮਨੁੱਖ ਦੇ ਕਿ ਹਿਰਦੇ 'ਚ ਵੱਸਦਾ ਤੇ ਤੈਨੂੰ ਜੰਗਲਾਂ ਦੇ ਵਿੱਚ ਘੁੰਮਣ ਦਾ ਕੋਈ ਲਾਭ ਨਹੀਂ ਚਲੋ ਆਪਾਂ ਇਹਦੇ ਪਹਿਲਾਂ ਸ਼ਬਦ ਅਰਥ ਦੇਖਦੇ ਆਂ ਫਿਰ ਇਹਦੇ ਅਰਥ ਕਰਾਂਗੇ ਫਰੀਦਾ ਜੰਗਲ ਜੰਗਲ ਕੀ ਭਵੈ ਕੀ ਭਵੈ ਕੇ ਤੂੰ ਕੀ ਘੁੰਮਦਾ ਫਿਰਦਾ ਕਿਉਂ ਗੋਂਦਾ ਫਿਰਦਾ ਕੀ ਕਿਉਂ ਘੁੰਮਦਾ ਫਿਰਦਾ ਇਹਨਾਂ ਦਾ ਕੋਈ ਲਾਭ ਨਹੀਂ ਗਾਣ ਜਾਂ ਘੁੰਮਣ ਦਾ ਕੀ ਲਾਭ ਇਹਦਾ ਕੋਈ ਲਾਭ ਨਹੀਂ ਹੁਣਾ ਕੀ ਭਵੈ ਫਰੀਦਾ ਜੰਗਲ ਜੰਗਲ ਕਿਆ ਪਾਬੇ ਤੂੰ ਜੰਗਲ ਜੰਗਲ ਕਿਉਂ ਤਰੇ ਫਿਰਦਾ ਜੰਗਲ ਜੰਗਲ ਕਿਉਂ ਗੋਂਦਾ ਫਿਰਦਾ ਵਣ ਕੰਡਾ ਮੋੜ ਵਣ ਜਿਹਨੂੰ ਕਿਹਾ ਗਿਆ ਵਣ ਕਿਹਾ ਗਿਆ ਵਣ ਨੂੰ ਵਣ ਵਿੱਚ ਜੰਗਲ ਵਿੱਚ ਕਰਦਾ ਕੀ ਆ ਕੰਡਾ ਕੰਡਾ ਤਾਂ ਤੁਸੀਂ ਸਮਝਦੇ ਆ ਮੋੜ ਹੈ ਮੋੜਾ ਸ਼ਬਦ ਅਰਥ ਉਹਨਾਂ ਨੂੰ ਲਟਾੜਦਾ ਫਿਰਦਾ ਪਾਬ ਆਪਣੇ ਪੈਰਾਂ ਨਾਲ ਉਹਨਾਂ ਨੂੰ ਭੰਨਦਾ ਫਿਰਦਾ ਤੇ ਇਸ ਪੂਰੀ 70 ਦੇ ਪੂਰੀ ਪੰਕਤੀ ਦੇ ਕੀ ਅਰਥ ਹੈ ਬੱਚਿਓ ਫਰੀਦ ਜੰਗਲ ਜੰਗਲ ਕਿਆਪਵੈ ਵਣ ਚੰਡਾ ਮੋੜੈ ਫਰੀਜੀ ਮਨੁੱਖ ਨੂੰ ਸਮਝਾ ਰਿਹਾ ਕਿਉਂ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਕਿਉਂ ਕੰਡੇ ਲਟਾੜਦਾ ਫਿਰਦਾ ਇੱਥੇ ਜੰਗਲਾਂ ਦੇ ਵਿੱਚ ਘੁੰਮਣ ਦਾ ਕੋਈ ਲਾਭ ਨਹੀਂ ਜਿਹੜੇ ਰੱਬ ਨੂੰ ਤੂੰ ਲੱਭਦਾ ਫਿਰਦਾ ਉਹ ਜੰਗਲਾਂ ਦੇ ਵਿੱਚ ਨਹੀਂ ਹੈ ਤੇ ਫਿਰ ਹੈ ਕਿੱਥੇ ਰੱਬ ਅਗਲੀ 70 ਦੇ ਵਿੱਚ ਇਹਦਾ ਜਵਾਬ ਦਿੰਦੇ ਆ ਵਸੀ ਰੱਬ ਹਿਆਲੀ ਐ ਜੰਗਲ ਕਿਆ ਡੁੰਡੈ ਵਸੀ ਬਨੇ ਵਸੀ ਬਨੇ ਕੀ ਆ ਕੀ ਲਿਖਿਆ ਬੱਚੋ ਵਸਦਾ ਹੈ ਜਾਂ ਰਹਿੰਦਾ ਹੈ ਰੱਬ ਰਹਿੰਦਾ ਹੈ ਵਸੀ ਰੱਬ ਰੱਬ ਰਹਿੰਦਾ ਹੈ ਕਿੱਥੇ ਹਿਆਲੀ ਐ ਹਿਆਲੀ ਦਾ ਅਰਥ ਕੀ ਆ ਹਿਰਦੇ ਵਿੱਚ ਮਨ ਵਿੱਚ ਦਿਲ ਵਿੱਚ ਤੇ ਫਰੀਦ ਜੀ ਕੀ ਕਹਿੰਦੇ ਆ ਵਸੀ ਰੱਬ ਹਿਆਲੀ ਐ ਰੱਬ ਮਨੁੱਖ ਦੇ ਹਿਰਦੇ ਵਿੱਚ ਰਹਿੰਦਾ ਹੈ ਮਨੁੱਖ ਦੇ ਮਨ ਵਿੱਚ ਰਹਿੰਦਾ ਹੈ ਰੱਬ ਦਿਲਾਂ ਦੇ ਵਿੱਚ ਹੀ ਹੈ ਕਿਤੇ ਬਾਹਰ ਜੰਗਲਾਂ ਦੇ ਵਿੱਚ ਨਹੀਂਗਾ ਜੰਗਲ ਕਿਆ ਢੂੰਡੈ ਕਿਆ ਢੂੰਡੈ ਜੰਗਲ ਦੇ ਵਿੱਚ ਢੂੰਡਣਾ ਢੂੰਡਣਾ ਹਿੰਦੀ ਦਾ ਸ਼ਬਦ ਹੈ ਢੂੰਡਣਾ ਪੰਜਾਬੀ ਚ ਕੀ ਕਹਿੰਦੇ ਨੇ ਭਾਲਦਾ ਫਿਰਦਾ ਭਾਲਣ ਦਾ ਕੀ ਲਾ ਟੋਲਣਾ ਕਿ ਜੰਗਲ ਦੇ ਵਿੱਚ ਰੱਬ ਤਾਂ ਮਨੁੱਖ ਦੇ ਹਿਰਦੇ 'ਚ ਵੱਸਦਾ ਤੇ ਜੰਗਲ 'ਚ ਕੀ ਲੱਭਦਾ ਫਿਰਦਾ ਕੀ ਟੋਲਦਾ ਫਿਰਦਾ ਕੀ ਤੈਨੂੰ ਜੰਗਲਾਂ ਦੇ ਵਿੱਚ ਘੁੰਮਣ ਦਾ ਕੋਈ ਲਾਭ ਨਹੀਂ ਭਾਵ ਅਰਥ ਕੀ ਆ ਕਿ ਰੱਬ ਦੀ ਪ੍ਰਾਪਤੀ ਚੰਗੇ ਕੰਮ ਕਰਦੇ ਹੋਏ ਇਸ ਸੰਸਾਰਿਕ ਜੀਵਨ ਦੇ ਵਿੱਚ ਰਹਿ ਕੇ ਗ੍ਰਸਤ ਜੀਵਨ ਦੇ ਵਿੱਚ ਹੀ ਰਹਿ ਕੇ ਦੇਵਤਾ ਜੀਵਨ ਦੇ ਵਿਚ ਹੀ ਰਹਿ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੇ ਕਰਦੇ ਹੋਏ ਵੀ ਅਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਆ ਫਰੀ ਜੀ ਰੱਬ ਦੀ ਪ੍ਰਾਪਤੀ ਕਰਨ ਲਈ ਉਹ ਕਹਿੰਦੇ ਵੀ ਜੇ ਤੂੰ ਚੰਗੇ ਕੰਮ ਕਰੇਗਾ ਤੈਨੂੰ ਰੱਬ ਆਪਣੇ ਆਪ ਹੀ ਮਿਲ ਜਾਏਗਾ ਪੈਰ ਪੈਰ ਤੇ ਮਨੁੱਖ ਨੂੰ ਸਿੱਧੇ ਰਸਤੇ ਤੇ ਚੱਲਣ ਦੀ ਚੰਗੇ ਕੰਮ ਕਰਨ ਦੀ ਚੰਗਾ ਨਾਗਰਿਕ ਬਣਨ ਦੀ ਚੰਗਾ ਸ਼ਹਿਰੀ ਬਣਨ ਦੀ ਪ੍ਰੇਰਣਾ ਦਿੰਦੇ ਆ ਔਰ ਉਹਨੂੰ ਸੱਚਜਾ ਜੀਵਨ ਜੀਣ ਲਈ ਸੇਦ ਦਿੰਦੇ ਆ ਸੰਦੇਸ਼ ਦਿੰਦੇ ਆ ਤੇ ਆਪਾਂ ਇਸ ਨੂੰ ਦੁਬਾਰਾ ਇੱਕ ਵਾਰੀ ਰਿਪੀਟ ਕਰਾਂਗੇ ਤੁਸੀਂ ਮੇਰੇ ਨਾਲ ਰਿਪੀਟ ਕਰੋ ਜਿਵੇਂ ਅਸੀਂ ਬਾਕੀ ਸ਼ਲੋਕਾਂ ਨੂੰ ਕੀਤਾ ਆਪਾਂ ਇਹਨੂੰ ਇੱਕ ਵਾਰੀ ਸਾਫ਼ ਕਰ ਦਿੰਨੇ ਆ ਸਾਫ਼ ਕਰਕੇ ਦੁਬਾਰਾ ਮੈਂ ਹੁਣ ਫਿਰ ਇਹਨੂੰ ਪੜ੍ਹਾਂਗਾ ਫਰੀਦਾ ਜੰਗਲ ਜੰਗਲ ਕਿਆ ਪਵ ਵਣ ਕੰਡਾ ਮੋੜੈ ਵਸੀ ਰੱਬ ਹਿਆਲੀਆ ਜੰਗਲ ਕਿਆ ਡੁੰਡ ਮੈਨੂੰ ਉਮੀਦ ਆ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਜਿਵੇਂ ਮੈਂ ਲੈ ਦੇ ਵਿੱਚ ਪੜਿਆ ਪੜੋਗੇ ਦੂਜੇ ਸਾਥੀਆਂ ਨੂੰ ਸੁਣਾਓਗੇ ਔਰ ਇਹਦੇ ਅਰਥ ਤਾਂ ਤੁਹਾਨੂੰ ਸਪਸ਼ਟ ਹੋ ਚੁੱਕੇ ਹੋਣਗੇ ਇਹ ਮੈਨੂੰ ਪੂਰੀ ਪੂਰੀ ਉਮੀਦ ਹੈ ਬੱਚੋ ਚਲੋ ਅੱਗੇ ਵਧਦੇ ਆ ਇਹਦੇ ਵਿੱਚ ਵੀ ਬੜਾ ਮਜ਼ੇਦਾਰ ਉਦਾਹਰਨ ਦਿੰਦੇ ਨੇ ਜੇ ਦੋ ਉਧਾਰਾਂ ਦੇ ਕਿਸਮਝਾਉਂਦੇ ਨੇ ਕਿ ਬੰਦਾ ਮਨੁੱਖ ਕੰਮ ਤਾਂ ਮਾੜੇ ਕਰਦਾ ਫਲ ਚੰਗੇ ਪਾੜਦਾ ਭਾਵ ਮਿਹਨਤੋਂ ਨਹੀਂ ਨਹੀਂ ਕਰਦਾ ਜਿਹੋ ਜੇ ਨਤੀਜੇ ਪਾੜਦਾ ਤੇ ਉਹ ਫਰੀਜੀ ਸਮਝਾਉਂਦੇ ਨੇ ਕਿ ਜੇ ਤੂੰ ਜਿਹੋ ਜੇ ਕੰਮ ਕਰੇਗਾ ਉਹੋ ਜਿਹਾ ਨਤੀਜਾ ਤੈਨੂੰ ਮਿਲੂਗਾ ਇਹ ਨਹੀਂ ਕਿ ਕੰਮ ਤੂੰ ਮੰਦੇ ਕਰੇਗਾ ਤੇ ਨਤੀਜਾ ਤੈਨੂੰ ਚੰਗਾ ਮਿਲੇ ਤੁਹਾਡੇ ਲਈ ਵੀ ਬੱਚੋ ਇਹ ਚੀਜ਼ ਹੈ ਕਿ ਤੁਸੀਂ ਬਿਨਾਂ ਮਿਹਨਤ ਤੋਂ ਸੋਚੋ ਵੀ ਬਹੁਤ ਚੰਗੇ ਨੰਬਰਾਂ ਦੇ ਪਾਸ ਹੋ ਜਾਗੇ ਨਹੀਂ ਹੋਣਾ ਚੰਗੇ ਨੰਬਰ ਲੈਣ ਲਈ ਜਿੰਦਗੀ 'ਚ ਸਫਲ ਬਣ ਲਈ ਮਿਹਨਤ ਕਰਨੀ ਪੈਣੀ ਆ ਤੇ ਤੁਸੀਂ ਮੈਨੂੰ ਉਮੀਦ ਆ ਮਿਹਨਤ ਕਰੋਗੇ ਆਪਣਾ ਨਾਮ ਉੱਚਾ ਕਰੋਗੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੇ ਸਾਡੇ ਸਕੂਲ ਦਾ ਨਾਮ ਰੋਸ਼ਨ ਹੋਊਗਾ ਸਾਡੇ ਪਿੰਡ ਦਾ ਸ਼ਹਿਰ ਦਾ ਕਸਬੇ ਦਾ ਸਟੇਟ ਦਾ ਔਰ ਦੇਸ਼ ਦਾ ਨਾਮ ਉੱਚਾ ਕਰੋਗੇ ਤੁਸੀਂ ਇਹ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਹੈ ਬੜੇ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਹੁਣ ਇਹਦੇ ਮੈਂ ਸ਼ਬਦ ਦੇ ਅਰਥ ਕਰਾਂ ਸ਼ਬਦ ਅਰਥ ਫਰੀਦਾ ਲੋੜ ਹੈ ਦਾਖ ਵਿਜ਼ੌਰੀਆਂ ਫਰੀਦਾ ਲੋੜ ਦਾਖ ਬਜ਼ੌਰੀਆਂ ਕਿਕਰ ਬੀਜਾ ਜੱਟ ਹੁਣ ਲੋੜਾ ਲੋੜਾ ਦਾ ਮਤਲਬ ਹੈ ਚਾਹੁੰਦਾ ਹੈ ਇੱਛਾ ਹੈ ਉਹਦੀ ਕੀ ਛਾ ਦਾਖ ਦਾਖ ਕੀ ਹੁੰਦਾ ਅੰਗੂਰ ਆਪਾਂ ਕਹਿੰਦੇ ਨਾ ਦਾਖਾਂ ਪਾਈਆਂ ਖੀਰ ਚ ਤੁਸੀਂ ਛੇਵੇਂ ਵਿੱਚ ਪੜਿਆ ਘੋਟਣੇ ਦੀ ਖੀਰ ਉਹਦੇ ਵਿੱਚ ਖੀਰ ਦੇ ਵਿੱਚ ਦਾਖਾਂ ਪਾਈਆਂ ਸੀ ਕਿਸ਼ਮਿਸ਼ ਜਿਹਨੂੰ ਕਹਿੰਦੇ ਨੇ ਅੰਗੂਰ ਅੰਗੂਰਾਂ ਤੇ ਬਣਦੇ ਆ ਬਿਜੌਰੀਆਂ ਬਿਜੌਰੀਆਂ ਬਿਜੌਰ ਦੇ ਇਲਾਕੇ ਦੀ ਗੱਲ ਹੈ ਬਿਜੌਰ ਦਾ ਇਲਾਕਾ ਪਠਾਣੀ ਦੇਸ਼ ਦੇ ਵਿੱਚ ਪੱਛਮ ਤੋਂ ਪੱਛਮ ਵਾਲੇ ਪਾਸੇ ਲਹਿੰਦੇ ਪਾਸੇ ਪਠਾਣੀ ਦੇਸ਼ ਚ ਮਾਲਕੰਦ ਸਵਾਦ ਤੋਂ ਪਰੇ ਦਾ ਇਲਾਕਾ ਹੈ ਬਿਜੌਰ ਤੇ ਬਿਜੌਰ ਦੇ ਵਿੱਚ ਛੋਟੇ ਛੋਟੇ ਅੰਗੂਰ ਹੁੰਦੇ ਆ ਜਿਹੜੇ ਬਹੁਤ ਹੀ ਉੱਚੀ ਗੁਣਵੱਤਾ ਦੇ ਮੰਨੇ ਗਏ ਆ ਸਭ ਤੋਂ ਚੰਗੇ ਅੰਗੂਰ ਬਜੌਰ ਦੇ ਇਲਾਕੇ ਦੇ ਮੰਨੇ ਮੰਨੇ ਗਏ ਆ ਤੇ ਫਰੀਦ ਜੀ ਕਰ ਰਿਹਾ ਫਰੀਦਾ ਏ ਮਨੁੱਖ ਤੂੰ ਚੋਣਾ ਆ ਅੰਗੂਰ ਕਿੱਥੋਂ ਦੇ ਬਜੌਰ ਦੇ ਤੇ ਕਰਦਾ ਕੀ ਆ ਕਿਕਰ ਬੀਜਾ ਜੱਟ ਕਿਕਰ ਕਿکریاں ਆਪਣੇ ਕਿਕਰਾ ਹੁੰਦੀ ਹੈ ਕਿ ਕਿ ਕਰਦਾ ਸਮਝਦੇ ਹਿੰਦੀ ਚ ਬਬੂਲ ਕਹ ਦਿੰਦੇ ਆ ਉਹਨੂੰ ਕੀ ਲੱਗਦਾ ਫੜ ਲੱਗਦਾ ਕੋਈ ਕੰਡੇ ਲੱਗਦੇ ਆ ਤੁਕੇ ਲੱਗਦੇ ਆ ਤੇ ਇਥੇ ਜੱਟ ਤੋਂ ਭਾਵ ਹੈ ਜ਼ਿਮੀਂਦਾਰ ਕਿਸਾਨ ਕਿਸਾਨ ਦੀ ਧਾਰਨ ਹੁੰਦੀ ਆ ਫਰੀਜੀ ਮਨੁੱਖ ਨੂੰ ਸਮਝਾਉਣ ਲਈ ਕਿ ਕਿਸਾਨ ਦੀ ਧਾਰਨ ਹੁੰਦੀ ਆ ਕਿ ਕਿਸਾਨ ਜਿਹੜਾ ਆ ਉਹ ਕਿکریاں ਬੀਜਦਾ ਤੇ ਚਾਹੁੰਦਾ ਕੀ ਆ ਕਿ ਮੈਨੂੰ ਦਾ ਕਮਨ ਉਹ ਵੀ ਬਜੌਰ ਦੇ ਇਲਾਕੇ ਦੀਆਂ ਬੜੀ ਚੰਗੀ ਗੁਣਵੱਤਾ ਵਾਲੀਆਂ ਚੰਗੀ ਉੱਚ ਕੁਟੀ ਦੀ ਗੁਣਵੱਤਾ ਵਾਲੀਆਂ ਦਾਖਾ ਮੰਨਵਣਾ ਤੇ ਇਹ ਹੁਣ ਸੰਭਵ ਹੋ ਗਿਆ ਹੈ ਬੱਚੋ ਤੁਸੀਂ ਦੱਸੋ ਪਿਆਪਾ ਬੀਜਾਂਗੇ ਤਾਂ ਕਿਕਰ ਤੇ ਪਾੜੀਏ ਆਪਾਂ ਅਗੇ ਸਾਨੂੰ ਅੰਗੂਰ ਮੰਨ ਅੰਗੂਰ ਪ੍ਰਾਪਤ ਕਰਨ ਲਈ ਕੀ ਆ ਅੰਗੂਰਾਂ ਦੀ ਵੇਲ ਲੈਣੀ ਪਊਗੀ ਨਾ ਊਰੀ ਬੀਜ ਨਹੀਂ ਬਣਗੇ ਤੇ ਉਹ ਮਨੁੱਖ ਨੂੰ ਸਮਝਾਉਂਦੇ ਨੇ ਕਿ ਜਿਹੋ ਜੇ ਕੰਮ ਕਰੇਗਾ ਉਹ ਜੇ ਫਲ ਮਿਲੂਗਾ ਤੂੰ ਇਸ ਗੱਲ ਦੀ ਕਤਈ ਇੱਛਾ ਨਾ ਰੱਖ ਕਿ ਤੂੰ ਕੰਮ ਤਾਂ ਚੰਗੇ ਨਾਲ ਕਰੇ ਤੂੰ ਫਲ ਚੰਗਾ ਪਾਲੇ ਨਤੀਜਾ ਚੰਗਾ ਪਾਲੇ ਇਹ ਉਦਾਹਰਨ ਦੇ ਕੇ ਕਿਸਾਨ ਦੀ ਮਨੁੱਖ ਨੂੰ ਸਮਝਾਉਂਦੇ ਨੇ ਹੁਣ ਦੂਜੀ ਉਦਾਹਰਨ ਦਿੱਤੀ ਉਹਨਾਂ ਨੇ ਫਿਰ ਬੜੀ ਸੋਹਣੀ ਉਦਾਹਰਨ ਦਿੱਤੀ ਆ ਕਿ ਮਨੁੱਖ ਜਿਹੜਾ ਆ ਉਹ ਉਨਕ ਕਤੌਂਦਾ ਉਨਕ ਕਤੌਣ ਲਈ ਲਿਆਂਦਾ ਤੇ ਪਹਿਨਣਾ ਚਾਹੁੰਦਾ ਰੇਸ਼ਮ ਕਤਾਂ ਦਾ ਮੈ ਉਹਨਾਂ ਭਾਵ ਕੰਮ ਤਾਂ ਮੈਂ ਮਾੜੇ ਕਰਾਂ ਤੇ ਮੈਨੂੰ ਪਹਿਲਣ ਨੂੰ ਰੇਸ਼ਮ ਮਿਲੇ ਪਾ ਰਿਜ਼ਲਟ ਮੈਨੂੰ ਨਤੀਜਾ ਮੈਨੂੰ ਚੰਗਾ ਮਿਲੇ ਦੇਖੋ ਕੀ ਕਹਿੰਦੇ ਨੇ ਫਰੀਜੀ ਹੰਡ ਹੈ ਹੰਡ ਹੈ ਹੰਡ ਦਾ ਮਤਲਬ ਆ ਫਿਰਦਾ ਹੈ ਕੀ ਕੀ ਕਰਦਾ ਫਿਰਦਾ ਉਹਨ ਕਤਾਂ ਦਾ ਹੰਡ ਹੈ ਉਹਨ ਕਤਾਂ ਦਾ ਉਹਨ ਕਤੋਂਦਾ ਫਿਰਦਾ ਪੈਦਾ ਪੈਦਾ ਦਾ ਮਤਲਬ ਹੈ ਪਹਿਨਣਾ ਆ ਲੋੜੇ ਸ਼ਬਦ ਪਹਿਲੀ ਵਾਰੀ ਵੀ ਆ ਗਿਆ ਤੇ ਇਹ ਹੁਣ ਵੀ ਆ ਗਿਆ ਪੈਦਾ ਲੋੜੇ ਪਹਿਨਣਾ ਚਾਹੁੰਦਾ ਹੈ ਕੀ ਚੀਜ਼ ਪੱਟ ਪੱਟ ਕਿੰਕੇ ਨੂੰ ਗਿਆ ਗਿਆ ਰੇਸ਼ਮ ਨੂੰ ਪੱਟ ਕਿੰਨੂੰ ਗਿਆ ਪੱਟ ਰੇਸ਼ਮ ਨੂੰ ਦੁਬਾਰਾ ਦੇਖੋ ਕੀ ਕਹਿੰਦੇ ਹੈ ਹੰਡ ਉਨਕ ਤਾੰਦਾ ਪੈਦਾ ਲੋੜੇ ਪੱਟ ਉਨਕ ਤੋਂਦਾ ਫਿਰਦਾ ਤੇ ਪਹਿਨਣਾ ਚਾਹੁੰਦਾ ਰੇਸ਼ਮ ਇਹ ਦੂਜੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਕਿ ਤੂੰ ਜੋ ਬੀਜੇਗਾ ਉਹੀ ਵੜੇਗਾ ਤੇ ਇਸ ਕਰਕੇ ਚੰਗੇ ਕਰਮਾਂ ਦੇ ਬੀਜ ਬੋ ਤੇ ਚੰਗਾ ਹੀ ਤੈਨੂੰ ਫਲ ਮਿਲੂਗਾ ਆਪਾਂ ਬੱਚੋਂ ਨੂੰ ਦੁਬਾਰਾ ਇੱਕ ਵਾਰੀ ਦੇਖਦੇ ਆ ਤੇ ਤੁਸੀਂ ਬਿਲਕੁਲ ਧਿਆਨ ਦੇਣਾ ਜਿਵੇਂ ਜਿਵੇਂ ਮੈਂ ਬੋਲਦਾ ਓਵੇਂ ਓਵੇਂ ਤੁਸੀਂ ਸ਼ਬਦਾਂ ਦੇ ਉੱਤੇ ਧਿਆਨ ਦੇਣਾ ਫਰੀਦ ਦਾ ਲੋੜ ਦਾਖ ਬਜੌਰੀਆਂ ਕਿਕਰ ਵੀਜ ਜੱਟ ਹੰਡੇ ਉਹਨ ਕਤਾਂਦਾ ਪੈਦਾ ਲੋੜੇ ਪੱਟ ਉਮੀਦ ਆ ਮੈਂ ਤੁਸੀਂ ਇਹਨਾਂ ਸ਼ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਤਾਨੂੰ ਮਜ਼ਾ ਵੀ ਆਇਆ ਹੋਊਗਾ ਸਵਾਦ ਵੀ ਆਇਆ ਹੋਊਗਾ ਜਿਹੜਾ ਮੈਂ ਗੱਲ ਕਰਨਾ ਔਰ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਉਦਾਹਰਨ ਦੇ ਕੇ ਲੋਕਾਂ ਨੂੰ ਸਮਝਾ ਵੀ ਸਕਦੇ ਆ ਇੱਕ ਲੋਕੋਕਤੀਆਂ ਜਿਹਨੂੰ ਹਿੰਦੀ ਚ ਕਹਿੰਦੇ ਆ ਮੁਹਾਵਰੇ ਅਖਾਣ ਇਹ ਬਰੀਦੀ ਦੀ ਬਾਣੀ ਅਖਾਣਾ ਦਾ ਦਰਜਾ ਰੱਖਦੀ ਹੈ ਭਾਵੇਂ ਇਹਨਾਂ ਦੇ ਗੱਲ ਨੂੰ ਉਸ ਤਰ੍ਹਾਂ ਹੀ ਕਹਿ ਕੇ ਆਪਾਂ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਹੀਂ ਸਪਸ਼ਟ ਕਰ ਸਕਦੇ ਆ ਦੂਜਿਆਂ ਨੂੰ ਸਮਝਾ ਸਕਦੇ ਆ ਉਮੀਦ ਹੈ ਤੁਸੀਂ ਬੜੀ ਖੁਸ਼ੀ ਨਾਲ ਇਸ ਪਾਠ ਨੂੰ ਸਭ ਸੁਣਿਆ ਤੇ ਤੁਸੀਂ ਸਮਝਿਆ ਵੀ ਆ ਤੇ ਅਗਲੇ ਭਾਗ ਦੇ ਵਿੱਚ ਆਪਾਂ ਅਗਲੇ ਸਿਰੋਕਾਂ ਦੀ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ